ਅੱਜਕੱਲ੍ਹ ਗਲੋਬਲ ਪੰਜਾਬ ਟੀਵੀ ਤੁਸੀਂ ਵੇਖ ਰਹੇ ਹੋ ਮੈਂ ਜਤਿੰਦਰ ਕੌਰ ਲੈ ਕੇ ਹਾਜ਼ਰ ਵਰਲਡ ਅਪਡੇਟ ਭਾਰਤ ਅਤੇ ਕੈਨੇਡਾ ਦੇ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ ਇਸ ਦੌਰਾਨ ਭਾਰਤੀ ਮੂਲ ਦੇ ਕੈਨੇਡੀਅਨ ਸੰਸਦ ਮੈਂਬਰ ਚੰਦਰ ਆਯਨੇ ਸਰੀ ਦੇ ਵਿੱਚ ਕੁਝ ਗਰਮ ਖਿਆਲੀ ਸਮਰਥਕਾਂ ਦੀ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਸ਼ੇਅਰ ਕੀਤਾ ਉਸ ਦੇ ਵਿੱਚ ਦਾਵਾ ਕੀਤਾ ਗਿਆ ਕਿ ਹਿੰਦੂ ਲਕਸ਼ਮੀ ਨਾਰਾਇਣ ਮੰਦਿਰ ਤੇ ਹਮਲਾ ਕਰਨਾ ਚਾਹੁੰਦੇ ਨੇ ਨਾਲ ਹੀ ਅਧਿਕਾਰੀਆਂ ਨੂੰ ਇਸ ਸਬੰਧੀ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਉਹਨਾਂ ਨੇ ਕਿਹਾ ਹੈ ਕਿ ਕੁਝ ਰਿਪੋਰਟਾਂ ਮੁਤਾਬਕ ਪਿਛਲੇ ਹਫਤੇ ਸਰੀ ਦੇ ਗੁਰਦੁਆਰੇ ਦੇ ਬਾਹਰ ਇੱਕ ਸਿੱਖ ਪਰਿਵਾਰ ਦੇ ਨਾਲ ਦੁਰਵਿਵਹਾਰ ਕੀਤਾ ਗਿਆ ਸੀ ਹੁਣ ਇਹ ਜਾਪਦਾ ਹੈ ਕਿ ਉਹੀ ਗਰਮ ਖਿਆਲੀਆਂ ਦਾ ਸਮੂਹ ਸਰੀ ਦੇ ਹਿੰਦੂ ਲਕਸ਼ਮੀ ਨਾਰਾਇਣ ਮੰਦਿਰ ਦੇ ਵਿੱਚ ਗੜਬੜ ਪੈਦਾ ਕਰਨਾ ਚਾਹੁੰਦਾ ਹੈ ਉਹਨਾਂ ਨੇ ਅੱਗੇ ਕਿਹਾ ਕਿ ਸਭ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਮ ਤੇ ਕੀਤਾ ਜਾ ਰਿਹਾ ਹੈ ਇਸ ਲਈ ਮੈਂ ਇੱਕ ਵਾਰ ਫਿਰ ਕੈਨੇਡੀਅਨ ਅਧਿਕਾਰੀਆਂ ਨੂੰ ਕਦਮ ਚੁੱਕਣ ਤੇ ਕਾਰਵਾਈ ਕਰਨ ਦੇ ਲਈ ਕਹਿ ਰਿਹਾ ਹਾਂ ਆਰਿਆ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਹਿੰਦੂ ਮੰਦਰਾਂ ਤੇ ਕਈ ਵਾਰ ਹਮਲੇ ਹੋਏ ਨੇ ਹਿੰਦੂ ਕੈਨੇਡੀਆ ਦਾ ਵਿਰੋਧ ਨਫਰਤੀ अपराध ਕੀਤੇ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਇਹਨਾਂ ਗੱਲਾਂ ਨੂੰ ਖੁੱਲਿਆਂ ਤੇ ਜਨਤਕ ਤੌਰ ਤੇ ਜਾਰੀ ਰੱਖਣ ਦੇਣਾ ਮਨਜ਼ੂਰ ਨਹੀਂ ਆਰਿਆ ਦਾ ਕਹਿਣਾ ਹੈ ਕਿ ਇਸ ਸਾਲ ਅਗਸਤ ਦੇ ਵਿੱਚ ਕੈਨੇਡਾ 'ਚ ਇੱਕ ਹਿੰਦੂ ਮੰਦਰ ਨੂੰ ਜਨਮਤ ਸੰਗ੍ਰਹਿ ਦੇ ਪੋਸਟਰਾਂ ਦੇ ਨਾਲ ਕਟੜਪੰਥੀ ਤਤਾਂ ਦੁਆਰਾ ਪੰਨ ਤੋੜ ਕੀਤੀ ਗਈ ਸੀ ਮੰਦਰ ਦੇ ਗੇਟ ਤੇ ਲੱਗੇ ਪੋਸਟਰ ਤੇ ਟਾਈਗਰ ਫੋਰਸ ਦੇ ਮੁਖੀ ਤੇ ਨਾਮਜਦ ਹਰਦੀਪ ਸਿੰਘ ਨਿਜਰ ਦੀ ਤਸਵੀਰ ਵਿਸੀ ਜਿਨ੍ਹਾਂ ਨੂੰ ਜੂਨ ਦੇ ਵਿੱਚ ਮਾਰ ਦਿੱਤਾ ਗਿਆ ਸੀ ਇੱਕ ਰਿਪੋਰਟ ਦੇ ਵਿੱਚ ਵੱਡਾ ਖੁਲਾਸਾ ਹੋਇਆ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਕੈਨੇਡਾ ਦੇ ਸੰਸਦ ਮੈਂਬਰ ਦੇਸ਼ ਦੀ ਜਨਤਾ ਦੀ ਮਿਹਨਤ ਦੀ ਕਮਾਈ ਆਪਣੇ ਐਸ਼ੋ ਆਰਾਮ ਤੇ ਖਰਚ ਰਹੇ ਨੇ। ਰਿਪੋਰਟ ਮੁਤਾਬਕ ਕੈਨੇਡੀਅਨ ਸੰਸਦ ਮੈਂਬਰਾਂ ਨੇ ਸਾਲ 2023 ਦੀ ਪਹਿਲੀ ਸ਼ਮਾਹੀ ਦੇ ਵਿੱਚ ਯਾਤਰਾ ਤੇ 14.6 ਮਿਲੀਅਨ ਡਾਲਰ ਤੋਂ ਵੱਧ ਖਰਚ ਕੀਤੇ ਜੋ ਪਿਛਲੇ 6 ਮਹੀਨਿਆਂ ਦੇ ਤੁਲਨਾ ਦੇ ਵਿੱਚ ਲਗਭਗ 10% ਦੀ ਵਾਧੇ। ਖਰਚੇ ਦੀਆਂ ਰਿਪੋਰਟਾਂ ਦੇ ਵਿਸ਼ਲੇਸ਼ਣ ਦੇ ਮੁਤਾਬਕ ਕੈਨੇਡਾ ਸਰਕਾਰ ਦੁਆਰਾ ਟੈਕਸਦਾਤਾਵਾਂ ਦੇ ਪੈਸੇ ਦੀ ਵਰਤੋਂ ਪ੍ਰਤੀ ਦਿਨ ਦੇ ਲਈ ਲਗਭਗ 80,000 ਡਾਲਰ ਦੇ ਹਿਸਾਬ ਦੇ ਨਾਲ ਸੰਸਦ ਮੈਂਬਰ ਉਹਨਾਂ ਦੇ ਪਰਿਵਾਰਾਂ ਕਰਮਚਾਰੀਆਂ ਤੇ ਸਟਾਫ ਦੇ ਲਈ ਵਪਾਰਕ ਹਵਾਈ ਕਿਰਾਏ ਜ਼ਮੀਨੀ ਆਵਾਜਾਈ ਰਿਹਾਇਸ਼ ਤੇ ਭੋਜਨ ਸਮੇਤ ਯਾਤਰਾ ਦੇ ਲਈ ਕੀਤੀ ਗਈ ਹੈ। ਕੈਨੇਡਾ ਦੇ 338 ਸੰਸਦ ਮੈਂਬਰਾਂ ਨੇ 1 ਜਨਵਰੀ ਤੋਂ 30 ਜੂਨ 2023 ਦਰਮਿਆਨ ਕੰਮ ਤੇ ਹਲਕੇ ਦੇ ਨਾਲ ਸੰਬੰਧਿਤ ਯਾਤਰਾ ਤੇ ਔਸਤਨ 43000 ਡਾਲਰ ਤੋਂ ਵੱਧ ਜਾਂ 7200 ਡਾਲਰ ਪ੍ਰਤੀ ਮਹੀਨੇ ਤੋਂ ਵੱਧ ਦਾ ਖਰਚਾ ਕੀਤਾ ਹੈ ਤੇ ਖਰਚੇ ਦੀ ਰਿਪੋਰਟ ਇਹ ਵੀ ਦਰਸਾਉਂਦੀ ਹੈ ਕਿ 16 ਮਾਰਚ 2020 ਤੋਂ 1 ਅਕਤੂਬਰ 2020 ਤੱਕ ਪਹਿਲੀ ਮਹਾਮਾਰੀ ਦੇ ਨਾਲ ਸੰਬੰਧਿਤ ਯਾਤਰਾ ਪਾਬੰਦੀਆਂ ਤੋਂ ਬਾਅਦ ਸੰਸਦ ਮੈਂਬਰ ਫਿਰ ਤੋਂ ਅੱਗੇ ਵਧ ਰਹੇ ਨੇ ਤਾਜ ਅਪ੍ਰੈਲ 2022 ਤੋਂ ਮਾਰਚ 2023 ਦੇ ਵਿੱਤੀ ਸਾਲ ਦੇ ਵਿੱਚ ਯਾਤਰਾ ਖਰਚੇ ਕੁੱਲ 7 ਮਿਲੀਅਨ ਡਾਲਰ ਸਨ ਜੋ ਕਿ ਪਿਛਲੇ ਮਹਾਮਾਰੀ ਵਿੱਤੀ ਸਾਲ ਦੇ ਖਰਚੇ ਨਾਲੋਂ 9% ਦੀ ਵਾਧੇ। ਰਿਪੋਰਟਾਂ ਮੁਤਾਬਕ ਇਸ ਸਾਲ 4 ਮਈ ਤੋਂ 21 ਸਤੰਬਰ ਦਰਮਿਆਨ ਪ੍ਰਧਾਨ ਮੰਤਰੀ ਤੇ ਉਹਨਾਂ ਦੇ ਸਟਾਫ ਦੀ ਵੀ ਹਵਾਈ ਯਾਤਰਾ ਦੇ ਲਈ ਈਦਨ ਤੇ ਖਾਣ-ਪੀਣ ਦੀ ਲਾਗਤ 1.5 ਮਿਲੀਅਨ ਡਾਲਰ ਤੋਂ ਵੱਧ ਗਈ ਕੈਨੇਡਾ ਦੇ ਦੋ ਮੁੱਖ ਵਿਰੋਧੀ ਨੇਤਾਵਾਂ ਦਾ ਯਾਤਰਾ ਬਿੱਲ ਸਭ ਤੋਂ ਵੱਡਾ ਸੀ। ਉਧਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਸ ਨੇ ਚੀਨ ਅਤੇ ਆਸਟ੍ਰੇਲੀਆਈ ਜੰਗੀ ਬੇੜੇ ਵਿਚਾਲੇ ਹੋਏ ਖਤਰਨਾਕ ਮੁਕਾਬਲੇ ਨੂੰ ਲੈ ਕੇ ਚੀਨ ਦੀ ਆਲੋਚਨਾ ਕੀਤੀ ਹੈ ਹਾਲਾਂਕਿ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਉਹਨਾਂ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਹਾਲ ਹੀ ਦੇ ਵਿੱਚ ਗੁਲਗਲਬਾਤ ਦੌਰਾਨ ਇਹ ਮੁੱਦਾ ਉਠਾਇਆ ਸੀ ਜਾਂ ਫਿਰ ਨਹੀਂ ਅਲਬਾਨੀਜ਼ ਨੇ ਕਿਹਾ ਕਿ ਪਿਛਲੇ ਮੰਗਲਵਾਰ ਨੂੰ ਇੱਕ ਆਸਟ੍ਰੇਲੀਆਈ ਗੋਤਾਖੋਰ ਜ਼ਖਮੀ ਹੋ ਗਿਆ ਸੀ ਜਦੋਂ ਇੱਕ ਚੀਨੀ ਵਿਨਾਸ਼ਕਾਰੀ ਨੇ ਅੰਤਰਰਾਸ਼ਟਰੀ ਪਾਣੀਆਂ ਦੇ ਵਿੱਚ ਇੱਕ ਆਸਟ੍ਰੇਲੀਆਈ ਜੰਗੀ ਬੇੜੇ ਦੇ ਨੇੜੇ ਸਨਾਰ ਸਿਸਟਮ ਦੀ ਵਰਤੋਂ ਕੀਤੀ ਸੀ। ਰੱਖਿਆ ਮੰਤਰੀ ਮਾਰਲੇਸ ਨੇ ਸ਼ਨੀਵਾਰ ਨੂੰ ਕਿਹਾ ਹੈ ਕਿ ਉਹਨਾਂ ਨੇ ਵਿਨਾਸ਼ਕਾਰੀ ਦੇ ਅਸੁਰੱਖਿਅਤ ਅਤੇ ਗੈਰ ਪੇਸ਼ੇਵਾਰ ਵਿਵਹਾਰ ਨੂੰ ਲੈ ਕੇ ਬੀਜਿੰਗ ਦੇ ਕੋਲ ਗੰਭੀਰ ਚਿੰਤਾਵਾਂ ਜ਼ਾਹਰ ਕੀਤੀਆਂ ਨੇ। ਮੁਕਾਬਲੇ ਤੇ ਮਾਰਲੇਸ ਨੇ ਬਿਆਨ ਦੇ ਵਿਚਕਾਰ ਅਲਬਾਨੀਜ਼ ਨੇ ਸੈਨ ਫ੍ਰਾਂਸਿਸਕੋ ਦੇ ਵਿੱਚ ਏਸ਼ੀਆ ਪ੍ਰੇਸ਼ਾਨ ਦੇ ਨੇਤਾਵਾਂ ਦੇ ਸੰਮੇਲਨ ਤੋਂ ਇਲਾਵਾ ਛੀ ਦੇ ਨਾਲ ਗੱਲ ਕੀਤੀ ਸੀ। ਅਲਬਾਨੀਜ਼ ਨੇ ਕਿ ਕਿਸ਼ੀ ਜਿਨਪਿੰਗ ਦੇ ਨਾਲ ਉਹਨਾਂ ਦੀ ਗੱਲਬਾਤ ਰਸਮੀ ਦਵੱਲੀ ਮੀਟਿੰਗ ਦੀ ਬਜਾਏ ਨਿੱਜੀ ਸੀ। ਉਤਿ ਹੀ ਆਸਟ੍ਰੇਲੀਆਈ ਲੋਕਾਂ ਨੂੰ ਦੇਸ਼ ਤੇ ਪਹਿਲੇ ਚੰ드ਰਮਾ ਰੋਵਰ ਦੇ ਨਾਂ ਤੇ ਵੋਟ ਪਾਉਣ ਦਾ ਮੌਕਾ ਦਿੱਤਾ ਗਿਆ ਹੈ। ਆਸਟ੍ਰੇਲੀਅਨ ਸਪੇਸ ਏਜੰਸੀ ਨੇ ਰੋਵਰ ਦੇ ਲਈ 4 ਨਾਵਾਂ ਦਾ ਐਲਾਨ ਕੀਤਾ ਹੈ ਜਿਨ੍ਹਾਂ ਨੂੰ ਲੋਕਾਂ ਤੋਂ ਪ੍ਰਾਪਤ ਹੋਈਆਂ 8000 ਤੋਂ ਵੱਧ ਐਂਟਰੀਆਂ ਦੇ ਵਿੱਚੋਂ ਚੁਣਿਆ ਗਿਆ ਹੈ। ਸੋਮਵਾਰ ਤੋਂ 1 ਦਸੰਬਰ ਤੱਕ ਆਸਟ੍ਰੇਲੀਆਈ ਲੋਕ ਇਸ ਗੱਲ ਤੇ ਵੋਟ ਪਾਉਣ ਦੇ ਯੋਗ ਹੋਣਗੇ ਕਿ ਕੀ ਰੋਵਰ ਦਾ ਨਾਮ ਕੁਲਾਮਨ ਕਾਕੀਰਾ ਮੈਟਾਸ਼ਿਪ ਜਾਂ ਫਿਰ ਰੂ ਵਾਰ ਹੋਵੇਗਾ ਜਿਹਤੂ ਦਾ ਐਲਾਨ 6 ਦਸੰਬਰ ਨੂੰ ਕੀਤਾ ਜਾਣਾ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸਿਆ ਕਿ ਕੋਲਾਮੋਨਿਕ ਅਜੇਹਾ ਭਾਂਡਾ ਜਿਸ ਦੀ ਵਰਤੋਂ ਸਵਦੇਸ਼ੀ ਆਸਟ੍ਰੇਲੀਆ ਲੋਕਾਂ ਦੁਆਰਾ ਇਕੱਠੇ ਕਰਨ ਤੇ ਚੁੱਕਣ ਦੇ ਲਈ ਕੀਤੀ ਜਾਂਦੀ ਹੈ ਦੱਖਣੀ ਆਸਟ੍ਰੇਲੀਆ ਦੇ ਕੋਰੋਨਾ ਆਦੇਵਾਸੀ ਲੋਕਾਂ ਦੀ ਭਾਸ਼ਾ ਦੇ ਵਿੱਚ ਕਾਕੀਰਾ ਦਾ ਮਤਲਬ ਚੰਦਰਮਾ ਹੈ ਜਿੱਥੇ ਸਟੇਟ ਮੈਟਾਸ਼ਿਪ ਆਸਟ੍ਰੇਲੀਆ ਦੇ ਵਿੱਚ ਦੋਸਤੀ ਦੇ ਲਈ ਇੱਕ ਸਭਿਆਚਾਰਕ ਸ਼ਬਦ ਹੈ ਤੇ ਰੂਵਰ ਦਾ ਇੱਕ ਰਾਸ਼ਟਰੀ ਚਰਿੱਤਰ ਗੁਣ ਹੈ ਜਿਸਦੇ ਵਿੱਚ ਆਸਟ੍ਰੇਲੀਆ ਦੇ ਪ੍ਰਤੀਕ ਕੰਗਾਰੂ ਸ਼ਾਮਲ ਨੇ ਰੋਵਰ ਨੂੰ ਨਾਮ ਦਿੱਤੇ ਜਾਣ ਤੋਂ ਬਾਅਦ ਇਸ ਨੂੰ ਨਾਸਾ ਦੇ ਨਾਲ ਉਸਤੇ ਆਰਟੇਮਿਸ ਮਿਸ਼ਨ ਤੇ ਇੱਕ ਸਮਝੌਤੇ ਦੇ ਤਹਿਤ ਚੰ드ਰਮਾ ਤੇ ਭੇਜਿਆ ਜਾਵੇਗਾ ਜਿਸ ਨੂੰ 2026 ਜਾਂ 27 ਦੇ ਵਿੱਚ ਲਾਂਚ ਕਰਨ ਦਾ ਟੀਚਾ ਵੀ ਮਿੱਥਿਆ ਹੋਇਆ ਹੈ ਅਮਰੀਕਾ ਦੇ 11 ਪ੍ਰਭਾਵਸ਼ਾਲੀ ਸੰਸਦ ਮੈਂਬਰਾਂ ਦੇ ਇੱਕ ਸਮੂਹ ਨੇ ਜੋ ਬਾਈਡਨ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜਦੋਂ ਤੱਕ ਪਾਕਿਸਤਾਨ ਸੰਵਿਧਾਨਕ ਵਿਵਸਥਾ ਬਹਾਲ ਨਹੀਂ ਕਰ ਦਿੰਦਾ ਆਜ਼ਾਦ ਤੇ ਨਿਰਪੱਖ ਚੋਣਾਂ ਨਹੀਂ ਕਰਵਾਉਂਦਾ ਉਸ ਸਮੇਂ ਤੱਕ ਉਸ ਨੂੰ ਵਿਦੇਸ਼ ਦੇ ਵਿੱਚ ਦਿੱਤੀ ਜਾਣ ਵਾਲੀ ਸਹਾਇਤਾ ਰੋਕ ਦਿੱਤੀ ਜਾਵੇ। ਸੰਸਦ ਦੇ ਮੈਂਬਰਾਂ ਨੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਰ ਨੂੰ ਲਿਖੇ ਪੱਤਰ ਦੇ ਵਿੱਚ ਵਿਦੇਸ਼ ਵਿਭਾਗ ਨੂੰ ਇਹ ਮੁਲਾਂਕਣ ਕਰਨ ਦੀ ਬੇਨਤੀ ਕੀਤੀ ਹੈ ਕਿ ਕੀ ਕਿਤੇ ਅਮਰੀਕਾ ਤੋਂ ਮਿਲਣ ਵਾਲੀ ਸੁਰੱਖਿਆ ਸਹਾਇਤਾ ਦੇ ਜ਼ਰੀਏ ਪਾਕਿਸਤਾਨ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤਾਂ ਨਹੀਂ ਹੋ ਰਹੀ ਇਸ ਸਮੂਹ ਦੇ ਵਿੱਚ ਸੰਸਦ ਇਲਹਾਨ ਉਮਰ ਵੀ ਸ਼ਾਮਲ ਹੈ ਜੋ ਅਮਰੀਕੀ ਸੰਸਦ ਦੇ ਵਿੱਚ ਮੁ슬ਮਾਨਾਂ ਦੇ ਨਾਲ ਸੰਬੰਧਿਤ ਮੁੱਦੇ ਤੇ ਵੀ ਮੁੱਦੇ ਚੁੱਕਦੇ ਰਹੇ ਨੇ ਉਹਨਾਂ ਨੇ ਪੱਤਰ ਦੇ ਵਿੱਚ ਲਿਖਿਆ ਕਿ ਅਸੀਂ ਬੇਨਤੀ ਕਰਦੇ ਹਾਂ ਕਿ ਪਾਕਿਸਤਾਨ ਨੂੰ ਭਵਿੱਖ ਦੇ ਵਿੱਚ ਸੁਰੱਖਿਆ ਸਹਾਇਤਾ ਉਦੋਂ ਤੱਕ ਰੋਕ ਦਿੱਤੀ ਜਾਵੇ ਜਦੋਂ ਤੱਕ ਉਸ ਸੰਵਿਧਾਨਿਕ ਵਿਵਸਥਾ ਦੀ ਬਹਾਲ ਦੇਵਾਲਾ ਨਿਰਣਾਇਕ ਤੌਰ ਤੇ ਅਗੇ ਨਹੀਂ ਵਧਦਾ ਤੇ ਸਾਰੀਆਂ ਪਾਰਟੀਆਂ ਦੀ ਭਾਗੀਦਾਰੀ ਦੇ ਨਾਲ ਆਜ਼ਾਦ ਤੇ ਨਿਰਪੱਖ ਚੋਣਾਂ ਨਹੀਂ ਕਰਵਾਉਂਦਾ ਡਾਣ ਅਖਬਾਰ ਦੀ ਰਿਪੋਰਟ ਮੁਤਾਬਕ ਪੱਤਰ ਦੇ ਵਿੱਚ ਇਹ ਸ਼ਿਨਿੰਦਾ ਕਾਨੂੰਨ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਪਾਕਿਸਤਾਨ ਦੇ ਕਦਮਾਂ ਦਾ ਵੀ ਪ੍ਰਮੁੱਖਤਾ ਦੇ ਨਾਲ ਜ਼ਿਕਰ ਕੀਤਾ ਗਿਆ ਪੱਤਰ ਦੇ ਵਿੱਚ ਬਲਿੰਕਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਪ੍ਰਸਤਾਵਿਤ ਤਬਦੀਲੀਆਂ ਦੇ ਵਰਤੋਂ ਛੋਟੇ ਧਾਰਮਿਕ ਸਮੂਹਾਂ ਤੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਕੀਤੀ ਜਾ ਸਕਦੀ ਹੈ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ 81 ਸਾਲ ਦੇ ਹੋ ਗਏ ਨੇ ਜੋ ਉਹਨਾਂ ਦੇ ਵਿੱਚ ਰਾਸ਼ਟਰਪਤੀ ਬਾਈਡਨ ਦੀ ਉਮਰ ਦਾ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਬਾਈਡਨ ਦੀ ਰਾਸ਼ਟਰਪਤੀ ਅਹੁਦੇ ਦੀਆਂ ਕਠੋਰਤਾਵਾਂ ਨੂੰ ਸੰਭਾਲਣ ਦੀ ਯੋਗਤਾ ਬਾਰੇ ਚਰਚਾ ਤੇਜ਼ ਹੋ ਗਈ ਹੈ ਓਪੀਨੀਅਨ ਪੋਲ ਦੇ ਨਾਲ-ਨਾਲ ਅਮਰੀਕਿਆ ਨੂੰ ਚਿੰਤਾ ਹੈ ਕਿ ਜੇਕਰ ਉਹ ਇਸ ਅਹੁਦੇ ਲਈ ਦੁਬਾਰਾ ਚੋਣ ਦੀ ਮੰਗ ਕਰ ਰਹੇ ਨੇ ਉਸ ਦੇ ਲਈ ਉਹ ਬਹੁਤ ਬਜ਼ੁਰਗ ਹੋ ਗਏ ਨੇ ਆਲੋਚਕ ਦਲੀਲ ਦਿੰਦੇ ਨੇ ਕਿ ਜੋ ਬਾਈਡਨ ਦੀ ਅੰਤਰਰਾਸ਼ਟਰੀ ਯਾਤਰਾਵਾਂ ਤੇ ਮੁਸ਼ਕਲ ਕੰਮਕਾਜੀ ਪ੍ਰੋਗਰਾਮ ਉਮਰ ਦੀ ਸਮਰੱਥਾ ਕਾਰਨ ਪ੍ਰਭਾਵਿਤ ਹੋ ਸਕਦੇ ਨੇ ਉਦੋਂ ਦੂਜੇ ਪਾਸੇ ਵਾਈਟ ਹਾਊਸ ਨੇ ਅਧਿਕਾਰੀਆਂ ਨੇ ਜੋ ਬਾਈਡਨ ਦੇ ਊਰਜਾਵਾਨ ਤੇ ਮਾਨਸਿਕ ਤੌਰ ਤੇ ਤਿੱਖੇ ਪ੍ਰਦਰਸ਼ਨ ਤੇ ਜ਼ੋਰ ਦਿੰਦੇ ਹੋਏ ਉਮਰ ਸਬੰਧੀ ਤੇ ਚਰਚਾਵਾਂ ਨੂੰ ਮੀਡੀਆ ਦੇ جنੂਨ ਵਜੋਂ ਖਾਰਜ ਕਰ ਦਿੱਤਾ ਹੈ ਜੇਕਰ ਜੋ ਬਾਈਡਨ ਦੁਬਾਰਾ ਚੁਣੇ ਜਾਂਦੇ ਨੇ ਤਾਂ ਉਹ ਆਪਣੇ ਦੂਜੇ ਕਾਰਜਕਾਲ ਦੇ ਅੰਤ ਤੱਕ 86 ਸਾਲ ਦੇ ਹੋ ਜਾਣਗੇ ਰਿਪਬਲਿਕਨ ਰੋਨਾਲਡ ਰੀਗਨ ਜਿਸ ਦਾ ਸਭ ਤੋਂ ਪਹਿਲਾ ਵੱਧ ਉਮਰ ਦੇ ਅਮਰੀਕੀ ਰਾਸ਼ਟਰਪਤੀ ਵਜੋਂ ਰਿਕਾਰਡ ਸੀ ਉਹਨਾਂ ਨੇ ਸਾਲ 1999 ਦੇ ਵਿੱਚ 70 ਸਾਲ ਦੀ ਉਮਰ ਦੇ ਵਿੱਚ ਆਪਣਾ ਦੂਜਾ 4 ਸਾਲ ਦਾ ਕਾਰਜਕਾਲ ਖਤਮ ਕੀਤਾ ਸੀ ਸਾਲ 24 ਦੀਆਂ ਚੋਣਾਂ ਦੇ ਵਿੱਚ ਬਾਈਡੇ ਨੂੰ ਚੁਣੌਤੀ ਦੇਣ ਦੇ ਲਈ ਰਿਪਬਲਿਕਨ ਨਾਮਜ਼ਦਗੀ ਦੇ ਲਈ ਟੱਕਰ ਦੇਣ ਵਾਲੇ ਸਭ ਤੋਂ ਅੱਗੇ 77 ਸਾਲ ਦੇ ਟਰੰਪ ਨੇ ਉਧਰੀ ਇਜ਼ਰਾਇਲ ਹਮਾਸ جنگ ਦੇ ਵਿਚਕਾਰ ਇੱਕ ਅਮਰੀਕੀ ਅਧਿਕਾਰੀ ਨੇ ਵੱਡਾ ਬਿਆਨ ਦਿੱਤਾ ਵਾਈਟ ਹਾਊਸ ਦੇ ਉਪਰਾਸ਼ਟ ਰਿਸਰਖਿਆ ਸਲਾਹਕਾਰ ਜੋਹਨ ਫਿਨਰ ਨੇ ਕਿਹਾ ਕਿ ਗਾਜ਼ਾ ਦੇ ਵਿੱਚ ਹਮਾਸ ਦੇ ਅਤਵਾਦੀਆਂ ਦੁਆਰਾ ਬੰਦਕ بنائے ਗਏ ਕੁਝ ਲੋਕਾਂ ਦੀ ਰਿਹਾਈ ਨੂੰ ਸੁਰੱਖਿਅਤ ਕਰਨ ਦੇ ਲਈ ਇੱਕ ਸਮਝੌਤਾ ਪਹਿਲਾਂ ਨਾਲੋਂ ਨੇੜੇ ਹੈ ਇਸੇ ਦੇ ਨਾਲ ਹੀ 12 ਤੋਂ ਵੱਧ ਬੰਦਕਾਂ ਨੂੰ ਰਿਹਾ ਕਰਨ ਦੇ ਸਮਝੌਤੇ ਦੇ ਵਿੱਚ ਸੰਭਾਵਿਤ ਤੌਰ ਤੇ ਲੜਾਈ ਦੇ ਵਿੱਚ ਜੰਗਬੰਦੀ ਤੇ ਗਾਜ਼ਾ ਨੂੰ ਮਾਨਵਤਾਵਾਦੀ ਸਹਾਇਤਾ ਦੀ ਸਪੁਰਦਗੀ ਦੀ ਆਗਿਆ ਦੇਣਾ ਵੀ ਸ਼ਾਮਲ ਹੋਵੇਗਾ ਦੱਸਿਆ ਕਿ ਐਤਵਾਰ ਨੂੰ ਵੀ ਲੜਾਈ ਤੇਜ਼ੀ ਦੇ ਨਾਲ ਜਾਰੀ ਰਹੀ ਜਦੋਂ ਹਮਾਸ ਦੇ ਅਤਵਾਦੀ ਗਾਜ਼ਾ ਦੇ ਸਭ ਤੋਂ ਵੱਡੇ ਸ਼ਰਨਾਰਥੀ ਕੈਂਪ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਇਜ਼raਇਲੀ ਬਲਾਂ ਦੇ ਨਾਲ ਜੁੜ ਰਹੇ ਸਨ ਸੂਤਰਾਂ ਮੁਤਾਬਕ ਹਮਾਸ ਨੇ 7 ਅਕਤੂਬਰ ਨੂੰ ਇਜ਼raਇਲੀ ਪਾਈਚਾਰਿਆਂ ਤੇ ਆਪਣੇ ਮਾਰੂ ਸਰਹੱਦ ਪਾਰ ਹਮਲਿਆਂ ਦੌਰਾਨ ਲਗਭਗ 240 ਲੋਕਾਂ ਨੂੰ ਬੰਦਕ ਬਣਾ ਲਿਆ ਸੀ ਜਿਨ੍ਹਾਂ ਦੇ ਵਿੱਚੋਂ 1200 ਲੋਕ ਮਾਰੇ ਗਏ ਸਨ ਇਸ ਹਮਲੇ ਨੇ ਇਜ਼raਇਲ ਨੂੰ ਗਾਜ਼ਾ ਦੀ ਘੇਰਾਬੰਦੀ ਕਰਨ ਅਤੇ ਆਪਣੇ ਸੱਤਾਧਾਰੀ ਇਸਲਾਮੀ ਸਮੂਹ ਨੂੰ ਖਤਮ ਕਰਨ ਦੇ ਲਈ ਪਲਸਤਿਨੀ ਖੇਤਰ ਤੇ ਹਮਲਾ ਕਰਨ ਦੇ ਲਈ ਮਜਬੂਰ ਕੀਤਾ ਹੈ ਉਧਰੇ ਬੀਤੇ ਦਿਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਨਜ਼ਦੀਕ ਇੱਕ ਪਾਰਟੀ ਕਰਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਜਿਸ ਦੇ ਵਿੱਚ ਮੀਟ ਸ਼ਰਾਬ ਦਾ ਸੇਵਨ ਕੀਤਾ ਗਿਆ ਸੀ ਇਸ ਪਾਰਟੀ ਤੋਂ ਬਾਅਦ ਸਿੱਖ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਸੀ ਤੇ ਕਾਰਵਾਈ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਸੀ ਬੇਅਦਬੀ ਦੀ ਵੀਡੀਓ ਸਾਹਮਣੇ ਆਉਣ ਤੇ ਅਧਿਕਾਰੀਆਂ ਦਾ ਹੁਣ ਅਹਿਮ ਬਿਆਨ ਸਾਹਮਣੇ ਆਇਆ ਤੇ ਬੇਅਦਬੀਆਂ ਦੀਆਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਗਿਆ ਪੀਐਮਯੂ ਦੇ ਦੋ ਅਧਿਕਾਰੀਆਂ ਨੇ ਸੋਮਵਾਰ ਨੂੰ ਪੀਟੀਆਈ ਨੂੰ ਦੱਸਿਆ ਕਿ 18 ਨਵੰਬਰ ਨੂੰ ਹੋਏ ਸਵਾਗਤ ਸਮਾਗਮ ਦੇ ਵਿੱਚ ਕੋਈ ਵੀ ਸ਼ਰਾਬ ਨਹੀਂ ਸਰਵ ਕੀਤੀ ਗਈ ਤੇ ਨਾ ਹੀ ਕੋਈ ਕੀਤਾ ਗਿਆ ਸੀ ਅਧਿਕਾਰੀਆਂ ਨੇ ਕਿਹਾ ਕਿ ਵਿਆਪਕ ਤੌਰ ਤੇ ਪ੍ਰਸਾਰਿਤ ਵੀਡੀਓ ਜਿਸ ਦੇ ਵਿੱਚ ਰਾਤ ਦੇ ਖਾਣੇ ਤੇ ਅਲਕੋਹਲ ਦਿਖਾਈ ਗਈ ਹੈ ਉਸ ਦੇ ਵਿੱਚ ਸ਼ਾਇਦ ਪ੍ਰਚਾਰ ਦੇ ਉਦੇਸ਼ਾਂ ਦੇ ਨਾਲ ਛੇੜਛਾੜ ਕੀਤੀ ਗਈ ਹੋਵੇਗੀ ਇੱਕ ਅਧਿਕਾਰੀ ਨੇ ਕਿਹਾ ਕਿ ਪ੍ਰੋਗਰਾਮ ਦੇ ਵਿੱਚ ਇੱਕ ਕੁੜੀ ਗਾਜ਼ਲ ਗਾ ਰਹੀ ਸੀ ਤੇ ਵੀਡੀਓ ਦੇ ਨਾਲ ਗਲਤ ਮਕਸਦ ਦੇ ਨਾਲ ਛੇੜਛਾੜ ਕੀਤੀ ਗਈ ਅਧਿਕਾਰੀਆਂ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਡਿਨਰ ਰਿਸੈਪਸ਼ਨ ਗੁਰਦੁਆਰਾ ਦਰਬਾਰ ਸਾਹਿਬ ਤੋਂ ਕਰੀਬ 2 ਕਿਲੋਮੀਟਰ ਦੂਰ ਪੀਐਮਯੂ ਕੈਂਪਸ ਦੇ ਵਿੱਚ ਆਯੋਜਿਤ ਕੀਤਾ ਗਿਆ ਸੀ ਦੱਸ ਦਈਏ ਕਿ ਕਰਤਾਰਪੁਰ ਲਾਂਘੇ ਦਾ ਉਦਘਾਟਨ 9 ਨਵੰਬਰ 2019 ਨੂੰ ਸਿੱਖ ਧਰਮ ਦੇ ਪਹਿਲੇ ਪਾਸ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਸੰਧਿਆ ਤੇ ਕੀਤਾ ਗਿਆ ਸੀ ਇਟਲੀ ਵਾਸਤਿਆਂ ਸਿੱਖ ਸੰਗਤਾਂ ਦੇ ਵੱਲੋਂ ਕੌਮ ਦੇ ਮਹਾਨ ਜਰਨੈਲ ਧੰਤਨ ਬਾਬਾ ਦੀਪ ਸਿੰਘ ਜੀ ਦੀ ਗੌਰਵਮਈ ਸ਼ਹਾਦਤ ਨੂੰ ਯਾਦ ਕਰਦਿਆਂ ਗੁਰਦੁਆਰਾ ਗੋਬਿੰਦ ਸਰ ਸਾਹਿਬ ਲਵੀਨਿਉ ਵਿਖੇ ਤਿੰਨ ਰੋਜ਼ਾ ਸ਼ਹੀਦੀ ਸਮਾਗਮ ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜਾਏ ਗਏ ਖੁੱਲੇ ਦੀਵਾਨਾਂ ਦੇ ਵਿੱਚ ਪ੍ਰਸਿੱਧ ਕਵੀਸ਼ਰ ਭਾਈ ਸਤਨਾਮ ਸਿੰਘ ਸਰਹਾਲੀ, ਅਜੀਤ ਸਿੰਘ ਥਿੰਦੇ ਤੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਵੱਲੋਂ ਲੋਕਾਂ ਨੂੰ ਜ਼ੁਲਮ ਤੋਂ ਬਚਾਉਣ ਦੇ ਲਈ ਕੀਤੀਆਂ ਜੰਗਾਂ ਦੇ ਵਿੱਚੋਂ ਇਤਿਹਾਸ ਸਰਵਣ ਕਰਵਾਇਆ ਗਿਆ। ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਸਿੱਖ ਯੋਧਿਆਂ ਨੇ ਦੇਸ਼ ਅਤੇ ਲੋਕਾਂ ਦੀ ਭਲਾਈ ਦੇ ਲਈ ਆਪਣੀਆਂ ਕੀਮਤੀ ਜਾਨਾਂ ਦੀ ਕੁਰਬਾਨੀ ਦਿੰਦਿਆਂ ਮੁਗਲਾਂ ਦੇ ਜ਼ਬਰ ਤੇ ਜ਼ੁਲਮ ਦਾ ਮੂੰਹ ਤੋੜ ਜਵਾਬ ਦਿੰਦਿਆਂ ਇੱਕ ਚੰਗੇ ਸਮਾਜ ਦੀ ਸਿਰਜਣਾ ਕੀਤੀ ਸੀ। ਦਸਨਯੋਗ ਹੈ ਕਿ ਨੌਜਵਾਨਾਂ ਦੇ ਵੱਲੋਂ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਹਰ ਸਾਲ ਇਹ ਸਮਾਗਮ ਕਰਵਾਏ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਦੂਰ ਦਰਾਡੇ ਤੋਂ ਪਹੁੰਚ ਕੇ ਸਿੱਖ ਸੰਗਤਾਂ ਹਾਜ਼ਰੀ ਭਰਦੀਆਂ ਨੇ ਤੇ ਗੁਰੂ ਘਰ ਦੇ ਵਿੱਚ ਨਤਮਸਤਕ ਹੁੰਦੀਆਂ ਨੇ। ਉਧਰੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੋਨਕ ਨੂੰ ਲੈ ਕੇ ਇੱਕ ਵੱਡੀ ਖਬਰ ਹੈ ਜਿਸ ਤੋਂ ਬਾਅਦ ਹੰਗਾਮਾ ਹੋ ਗਿਆ ਇੱਕ ਰਿਪੋਰਟ ਦੇ ਵਿੱਚ ਕਥਿਤ ਤੌਰ ਤੇ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਉਹਨਾਂ ਨੇ ਸੋਚਿਆ ਕਿ ਸਰਕਾਰ ਨੂੰ ਦੂਜਾ ਲੋਕਡਾਊਨ ਲਗਾਉਣ ਦੀ ਬਜਾਏ ਕੁਝ ਲੋਕਾਂ ਨੂੰ ਮਰਨ ਦੇਣਾ ਚਾਹੀਦਾ ਹੈ ਸਮਾਚਾਰ ਏਜੰਸੀ ਰਾਈਟਰਸ ਦੀ ਇੱਕ ਰਿਪੋਰਟ ਦੇ ਮੁਤਾਬਕ ਸਾਬਕਾ ਮੁਖ ਵਿਗਿਆਨ ਸਲਾਹਕਾਰ ਪੈਟ੍ਰਿਕ ਵੈਲੈਂਸ ਦੇ ਵੱਲੋਂ ਕੀਤੀ ਗਈ ਇੱਕ ਡਾਇਰੀ ਐਂਟਰੀ ਦੇ ਮੁਤਾਬਕ ਕਮਿੰਗਸ ਨੇ ਇੱਕ ਰਾਸ਼ਟਰੀ ਤਾਲਾਬੰਦੀ ਲਾਗੂ ਕਰਨ ਜਾਂ ਨਾ ਲਗਾਉਣ ਬਾਰੇ ਇੱਕ ਮੀਟਿੰਗ ਦੌਰਾਨ ਬਿਆਨ ਦਿੱਤਾ ਵੈਲੈਂਸ ਨੇ ਆਪਣੀ ਡਾਇਰੀ ਦੇ ਵਿੱਚ ਕਮਿੰਗਸ ਦਾ ਹਵਾਲਾ ਦਿੰਦਾ ਕਿਹਾ ਕਿ ਰਿਸ਼ੀ ਸਨਕ ਸੋਚਦੇ ਨੇ ਕਿ ਲੋਕਾਂ ਨੂੰ ਮਰਨ ਦੇਣਾ ਚਾਹੀਦਾ ਹੈ ਇਹ ਸਭ ਲੀਡਰਸ਼ਿਪ ਦੀ ਪੂਰੀ ਘਾਟ ਵਾਂਗ ਜਾਪਦਾ ਹੈ ਸਨਕ ਦੇ ਬੁਲਾਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਨਕ ਆਪਣੀ ਸਥਿਤੀ ਸਪਸ਼ਟ ਕਰਨਗੇ ਜਦੋਂ ਉਹ ਜਾਂਚ ਦੇ ਲਈ ਸਬੂਤ ਪੇਸ਼ ਕਰਨਗੇ ਨਾ ਕਿ ਹਰੇਕ ਸਵਾਲ ਦਾ ਵੱਖਰੇ ਤੌਰ ਤੇ ਜਵਾਬ ਦੇਣਗੇ ਇਹ ਸਮਝਿਆ ਜਾਂਦਾ ਹੈ ਕਿ ਜਾਂਚ ਕੋਰੋਨਾ ਵਾਇਰਸ ਬਹਾਮਾਰੀ ਪ੍ਰਤੀ ਸਰਕਾਰ ਦੇ ਜਵਾਬ ਦੀ ਜਾਂਚ ਕਰ ਰਹੀ ਹੈ ਜਿਸ ਨੇ ਆਰਥਿਕਤਾ ਦੇ ਵੱਡੇ ਹਿੱਸੇ ਨੂੰ ਬੰਦ ਕਰ ਦਿੱਤਾ ਤੇ ਬ੍ਰਿਟੇਨ ਦੇ ਵਿੱਚ 2 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਸੀਨੀਅਰ ਸਰਕਾਰੀ ਅਧਿਕਾਰੀਆਂ ਨੇ ਵਾਰ-ਵਾਰ ਕਿਹਾ ਕਿ ਸਰਕਾਰ ਮਹਾਮਾਰੀ ਦੇ ਲਈ ਤਿਆਰ ਨਹੀਂ ਸੀ ਤੇ ਇੱਕ ਜ਼ਹਿਰੀਲੇ ਤੇ ਮਾਚੋ ਸਬਾਚਾਰ ਨੇ ਸਿਹਤ ਸੰਕਟ ਦੇ ਜਵਾਬ ਦੇ ਵਿੱਚ ਰੁਕਾਵਟ ਪਾਈ ਰਿਸ਼ੇ ਸੁਨਕ ਦੇ ਲਈ ਖਤਰਾ ਇਹ ਹੈ ਕਿ ਜਾਂਚ ਦੇ ਸਬੂਤ ਆਪਣੇ ਆਪ ਨੂੰ ਸਥਿਤੀ ਦੇ ਵਿੱਚ ਰੱਖਣ ਦੀ ਉਸ ਦੀ ਕੋਸ਼ਿਸ਼ ਨੂੰ ਕਮਜ਼ੋਰ ਕਰਦੇ ਨੇ ਕਿਉਂਕਿ ਜੌਨਸਨ ਇੱਕ ਅਰਾਜਕ ਲੀਡਰਸ਼ਿਪ ਤਬਦੀਲੀ ਨੂੰ ਨੈਵੀਗੇਟ ਕਰਦਾ ਹੈ ਭਾਵੇਂ ਕਿ ਉਹ ਸਰਕਾਰ ਦੇ ਸਭ ਤੋਂ ਸੀਨੀਅਰ ਮੰਤਰੀਆਂ ਦੇ ਵਿੱਚੋਂ ਇੱਕ ਸੀ ਸੋ ਵਰਲਡ ਅਪਡੇਟ ਦੇ ਵਿੱਚ ਅੱਜ ਦੇ ਲਈ ਇਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ